ਨਮਸਕਾਰ ਖਬਰਾਂ ਦੇ ਸਪਲਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਕੇਂਦਰੀ ਕੈਬਨਿਟ ਨੇ ਸਟੀਲ ਦੀ ਧਰਾਮਤ ਨੂੰ ਕੱਟ ਕਰਨ ਲਈ 632 ਕਰੋੜ ਰੁਪਏ ਦੀ ਪੀਐਲਆਈ ਯੋਜਨਾ ਦੀ ਮਨਜ਼ੂਰੀ ਸਮੇਤ ਕਈ ਮਹੱਤਵਪੂਰਨ ਫੈਸਲੇ ਕੀਤੇ ਨੇ संचार इलेक्ट्रॉनिक्स ते सूचना टेक्नोलॉजी केंद्रीय मंत्री अश्विनी वैष्णव ने कहा कि संसद के मॉनसून اجلاس ਤੋਂ 1 ਦਿਨ ਪਹਿਲਾਂ ਪੈਕਸਸ ਬਾਰੇ ਸੰਸਦੀ ਕੇਸ ਖਬਰ ਛਾਪਣਾ ਸੰਜੋਗ ਨਹੀਂ ਹੋ ਸਕਦਾ ਕੇਂਦਰ ਸਰਕਾਰ ਜਨਸਖਿਆ ਨੀਤੀ ਲਿਆਉਣ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਕੇਂਦਰੀ ਮੰਤਰੀ ਡਾਕਟਰ ਜਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਚ ਡਿਜੀਟਲ ਸਿੱਖਿਆ ਲਈ ਪੁਲਾੜ ਟੈਕਨਾਲੋਜੀ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਸ਼ੀਅ ਪਰਸਿਤ 올림픽 ਖੇਡਾਂ ਦਾ ਮਹਾਕੁੰਭ ਅਜਪਾਨ ਦੀ ਰਾਜਧਾਨੀ ਟੋਕਿਓ ਚ ਬਨੇ ਨਵੇਂ ਰਾਸ਼ਟਰੀ ਸਟੇਡੀਅਮ ਚ ਉਦਘਾਟਨੀ ਸਮਾਗਮ ਨਾਲ ਸ਼ੁਰੂ ਹੋਵੇਗਾ ਉਦਘਾਟਨੀ ਸਮਾਗਮ ਪਾਰਟੀ ਸਮੇਂ ਅਨੁਸਾਰ ਸ਼ਾਮ 4:30 ਵਜੇ ਹੋਵੇਗਾ ਭਾਰਤ ਦੇ ਜੀ ਅਧਿਕਾਰੀ ਅਤੇ ਬਾਈ ਖਿਡਾਰੀ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਦੂਰਦਰਸ਼ਨ ਨੂੰ 올 ਇੰਡੀਆ ਰੇਡੀਓ ਤੇ ਡੀਡੀ ਸਪੋਰਟਸ ਵੱਲੋਂ 올림픽 ਖੇਡਾਂ ਦੀ ਵਿਆਪਕ ਕਵਰੇਜ ਦੇ ਪ੍ਰਬੰਧ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤੀਜਾ ਇੱਕ ਦਿਨਾ ਕ੍ਰਿਕਟ ਮੈਚਾਂ ਦੀ ਲੜੀ ਮਾਫ ਕਰਨਾ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਇੱਕ ਦਿਨਾ ਕ੍ਰਿਕਟ ਮੈਚਾਂ ਦੀ ਲੜੀ ਦਾ ਤੀਜਾ ਤੇ ਅੰਤਿਮ ਮੈਚ ਅੱਜ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਕੈਬਨਿਟ ਨੇ ਪੀਤੇ ਦਿਨੀ ਸਟੀਲ ਦੀ ਧਰਮਨ ਨੂੰ ਕਟ ਕਰਨ ਲਈ 6322 ਕਰੋੜ ਦੀ ਪੀਐਲਆਈ ਯੋਜਨਾ ਦੀ ਮਨਜ਼ੂਰੀ ਸਮੇਤ ਕਈ ਮਹੱਤਵਪੂਰਨ ਫੈਸਲੇ ਕੀਤੇ ਨੇ ਫੈਸਲੇ ਚ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤੇਜ਼ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਦਾਖ ਕੇਕੀਕ੍ਰਿਤ ਵਿਕਾਸ ਕਾਰਪੋਰੇਸ਼ਨ ਸਥਾਪਿਤ ਕਰਨ ਤੇ 750 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਸ਼ਾਮਿਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਹੋਈ ਕੈਬਨਿਟ ਮੀਟਿੰਗ ਮਗਰੋਂ ਪ੍ਰੈਸ ਬਰੀਫਿੰਗ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਲਦਾਖ ਵਿੱਚ ਉੱਚ ਸਿੱਖ

को सहायता मिलेगी और इसके साथ साथ लद्दाख में सेंट्रल यूनिवर्सिटी की स्थापना से उच्च शिक्षा का प्रचार प्रसार होगा छात्रों को उच्च शिक्षा के अधिक अवसर मिलेंगे ये सेंट्रल यूनिवर्सिटी वहां पर अन्य शिक्षण संस्थानों के लिए भी एक मॉडल का कार्य करेगी वहां उच्च शिक्षा की क्वालिटी में सुधार होगा स्पेशलिटी स्टील प्रोडक्शन लिंक इंसेंटिव स्कीम के अंतर्गत लाकर इसको 6322 करोड़ रुपए की आज मंजूरी दी गई है इससे मैन्युफैक्चरिंग को बल मिलेगा आयात कम होंगे पांच लाख पच्चीस हजार रोजगार के अवसर उत्पन्न होंगे ਸੰਚਾਰ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ પેਗਸਸ ਬਾਰੇ ਸੰਸਦੀ ਖੇਸ ਖਬਰ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਛਾਪਣਾ ਸੰਜੋਗ ਨਹੀਂ ਹੋ ਸਕਦਾ ਉਨ੍ਹਾਂ ਕਿਹਾ ਕਿ ਵੈਬ ਪੋਰਟਲ ਵੱਲੋਂ ਪੈਗਸਸ ਬਾਰੇ ਖਬਰ ਰਿਪੋਰਟ ਇਸ ਮਹੀਨੇ ਦੀ 18 ਤਰੀਕ ਨੂੰ ਛਾਪੀ ਗਈ ਸੀ ਜਿਸ ਚ ਭਾਰਤੀ ਲੋਕਤੰਤਰ ਤੇ ਸਥਾਪਿਤ ਸੰਸਥਾਵਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮੀਤੇ ਦਿਨੀ ਰਾਜ ਸਭਾ ਚ ਰੋਲੇ ਰੱਪੇ ਦੌਰਾਨ ਵੈਸ਼ਨਵ ਨੇ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਪੈਗਸਸ ਸੌਫਟਵੇਅਰ ਵੱਲੋਂ WhatsApp ਤੇ ਦੁਰਵਰਤੋਂ ਕਰਨ ਦੇ ਦਾਅਵੇ ਕੀਤੇ ਗਏ ਨੇ ਕੇਂਦਰ ਨੇ ਆਕੇ ਕਿ ਦੇਸ਼ ਦੇ ਜਨ ਸਕੇਨ ਦਿੱਤੀ ਲਿਯੋਨ ਪਰ ਕੋਈ ਵਿਚਾਰ ਨਹੀਂ ਕਰ ਰਹੀ ਇਹ ਜਾਣਕਾਰੀ ਬੀਤੇ ਦਿਨੀ ਰਾਜ ਸਭਾ ਯੋਜਨਾ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਲਿਖਤੀ ਜਵਾਬ ਵਿੱਚ ਦਿੱਤੀ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਦੇਸ਼ ਚ ਡਿਜੀਟਲ ਸਿੱਖਿਆ ਲਈ ਪੁਲਾੜ ਟੈਕਨੋਲੋਜੀ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਟੈਲੀ ਸਿੱਖਿਆ ਪ੍ਰੋਗਰਾਮ ਤਹਿਤ ਉਨੀ ਸੁਬਿਆ ਤੇ ਅੰਡੇਮਾਨ ਨਿਕੋਬਾਰ ਦੀਪ ਚ ਡਿਜੀਟਲ ਮੋਡ ਰਾਹੀਂ ਸਿੱਖਿਆ ਦੇ ਲਈ ਸੈਟੇਲਾਈਟ ਸੰਚਾਰ ਵਰਤਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਂਸਿੰਗ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਆ ਪੁਲਾੜ ਟੈਕਨੋਲੋਜੀ ਅਤੇ ਇਸ ਦੀਆਂ ਐਪਲੀਕੇਸ਼ਨਾਂ ਦੁਆਰਾ ਲਾਭਪਾਤਰੀ ਜਿਨ੍ਹਾਂ ਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਾਕਟਰੇਟ ਵਿਦਿਆਰਥੀ ਕਮਕਾਜੀ ਪੇਸ਼ੇਵਰ ਸਕੂਲ ਅਧਿਆਪਕ ਇਹ ਪਿਛਲੇ 1 ਸਾਲ ਦੌਰਾਨ ਇਹਨਾਂ ਪ੍ਰੋਗਰਾਮ ਮਾ ਤੋਂ 242000 ਲਾਪਾਤਰੀਆਂ ਨੂੰ ਫਾਇਦਾ ਪਹੁੰਚਿਆ ਹੈ ਪੁਲਾੜ ਖੇਤਰ ਗੈਰ ਸਰਕਾਰੀ ਸੰਸਥਾਵਾਂ ਦੀ ਵੱਡੀ ਸਮੂਲੀਅਤ ਲਈ ਖੁੱਲ੍ਹ ਹੈ ਜਿਸ ਵੱਲੋਂ ਡਿਜੀਟਲ ਸਿੱਖਿਆ ਸਮੇਤ ਪੁਲਾੜ ਆਧਾਰਿਤ ਐਪਲੀਕੇਸ਼ਨਸ ਮੁਹੱਈਆ ਕਰਕੇ ਵੱਡੇ ਮੌਕੇ ਦੇਣ ਦੀ ਸੰਭਾਵਨਾ ਹੈ ਇਹ ਜਾਣਕਾਰੀ ਕੇਂਦਰੀ ਪਰਮਾਣੂ ਊਰਜਾ ਤੇ ਪੁਲਾੜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਰਾਜ ਸਭਾ ਚਿਕ ਲਿਖਤੀ ਜਵਾਬ ਵਿੱਚ ਦਿੱਤੀ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੰਦ ਕੀਤੀ ਐਮਪੀ ਲੈਂਡ ਸਕੀਮ ਨੂੰ ਬਹਾਲ ਕਰਨ ਲਈ ਕੋਈ ਤਜਵੀਜ਼ ਨਹੀਂ ਹੈ। ਇਹ ਜਾਣਕਾਰੀ ਯੋਜਨਾ ਮੰਤਰੀ 라ਵਿੰਦਰਜੀ ਸਿੰਘ ਨੇ ਬੀਤੇ ਦਿਨੀ ਰਾਜ ਸਭਾ 'ਚ ਇੱਕ ਲਿਖਤੀ ਜਵਾਬ 'ਚ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹੁਣ ਤੱਕ ਐਮਪੀ ਲੈਂਡ ਸਕੀਮ ਤਹਿਤ ਨੋਡਲ ਜ਼ਿਲ੍ਹਾ ਅਥਾਰਟੀਆਂ ਨੂੰ 55,000 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਨੇ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਆਈਆਂ ਆਪਤਕਾਲੀ ਮੁਸ਼ਕਲਾਂ ਨਾਲ ਨਜਿੱਠਣ ਲਈ ਸੰਸਦ ਮੈਂਬਰਾਂ ਨੂੰ ਅਦਾ ਕਰਨ ਯੋਗ ਤਨਖਾਹ 'ਵੀਤੀ ਫੀਸਦਟ ਕਟਾਈ ਗਈ ਸੀ। ਉਨ੍ਹਾਂ ਕਿਹਾ ਕਿ ਐਮਪੀ ਲੈਂਡ ਸਕੀਮ ਵਿੱਚੋਂ ਕੀਤੀ ਫੰਡ ਸੰਸਦ ਮੈਂਬਰਾਂ ਦੀਆਂ ਕਟਾਈਆਂ ਤਨਖਾਹਾਂ ਦੇ ਫੰਡ ਦੀ ਸਿਹਤ ਬੁਨਿਆਦੀ ਢਾਂਚੇ ਪ੍ਰਧਾਨ ਮੰਤਰੀ ਗਰੀਬ ਕल्याण ਯੋਜਨਾ ਤਹਿਤ ਮੁਫਤ ਰਾਸ਼ਨ ਮੁਹੱਈਆ ਕਰਾਉਣ ਅਤੇ ਮੁਫਤ ਟੀਕਾ ਕਰਨ ਲਈ ਵਰਤੋਂ ਕੀਤੀ ਜਾ ਰਹੀ ਹੈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਯੋਜਨਾ ਤੇ ਭਾਰਤੀ ਖੇਡ ਅਥਾਰਟੀ ਦੀਆਂ ਖੇਡ ਪ੍ਰੋਤਸਾਹਨ ਯੋਜਨਾਵਾਂ ਤਹਿਤ 올림픽 ਤੇ ਕੁਮਾਂਤਰੀ ਖੇਡਾਂ ਛੇਸਾ ਲੈਣ ਲਈ ਦਿਹਾਤੀ ਇਲਾਕਿਆਂ ਸਮੇਤ ਦੇਸ਼ ਭਰ ਵਿੱਚੋਂ ਪ੍ਰਤਿਭਾ ਦੀ ਪਛਾਣ ਕੀਤੀ ਜਾ ਰਹੀ ਹੈ। ਬੀਤੇ ਦਿਨੀ ਲੋਕ ਸਭਾ ਚਿਕ ਸਵਾਲ ਦੇ ਲਿਖਤੀ ਜਵਾਬ ਚ ਉਹਨਾਂ ਨੇ ਕਿਹਾ ਕਿ ਟਾਰਗੇਟ 올림픽 ਪੋਡੀਅਮ ਯੋਜਨਾ ਅਤੇ ਪ੍ਰੋਤਸਾਹਨ ਲਈ ਯੋਜਨਾ ਤਹਿਤ 올림픽 ਸਮੇਤ ਅੰਤਰਰਾਸ਼ਟਰੀ ਖੇਡਾਂ 'ਤੇ ਤਮਗਾ ਜਿੱਤਣ ਵਾਲੇ ਸੰਭਾਵਿਤ ਖਿਡਾਰੀਆਂ ਨੂੰ ਮੁਕਾਬਲੇ ਮੌਕੇ ਮਦਦ ਅਤੇ ਸਿਖਲਾਈ ਮੋਹਈਆ ਕੀਤੀ ਜਾ ਰਹੀ ਹੈ। ਇੱਕ ਹੋਰ ਸਵਾਲ ਦੇ ਜਵਾਬ ਚ ਕਿ ਇਸ ਵਿਲੇ ਟਾਰਗੇਟ 올림픽 ਪੋਡੀਅਮ ਯੋਜਨਾ ਤਹਿਤ 147 ਖਿਡਾਰੀਆਂ ਤੇ ਪੁਰਸ਼ ਤੇ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਐਤਵਰ 25 ਜੁਲਾਈ ਨੂੰ ਆਕਾਸ਼ਵਾਣੀ ਤੇ ਆਪਣੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਦੇਸ਼ਵਾਸੀਆਂ ਨਾਲ ਰੂਬਰੂ ਹੋਣਗੇ ਮਨ ਕੀ ਬਾਤ ਪ੍ਰੋਗਰਾਮ ਦੀ 69ਵੀਂ ਕੜੀ ਹੋਵੇਗੀ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਦਾ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਪੇਗਾ ਇਸ ਪ੍ਰਸਾਰਣ ਦੇ ਤੁਰੰਤ ਬਾਅਦ ਈਡੀ ਪੰਜਾਬੀ ਤੇ ਖੇਤਰੀ ਪਾਝਾ ਵਿੱਚ ਮਨ ਕੀ ਬਾਤ ਪ੍ਰੋਗਰਾਮ ਦਾ ਰੂਪਾਂਤਰ ਪ੍ਰਸਾਰਿਤ ਕੀਤਾ ਜਾਵੇਗਾ ਤੇ ਇਸ ਦਾ ਮੁੜ ਪ੍ਰਸਾਰਣ ਦਰਸ਼ਕ ਡੀਡੀ ਪੰਜਾਬੀ ਤੇ ਰਾਤ 8 ਵਜੇ ਵੀ ਦੇਖ ਸਕਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਵਕਫ ਵਕਫ ਵਿਚਿਆਂ ਤੇ ਚਾਰ ਸਾਂਝੇ ਕਰਨ ਦੀ اپیل ਕੀਤੀ ਹੈ ਤਾਂ ਜੋ ਇਹਨਾਂ ਨੂੰ ਆਉਂਦੇ ਮਨ ਕੀ ਬਾਤ پروگرام 'ਚ ਸ਼ਾਮਿਲ ਕੀਤਾ ਜਾ ਸਕੇ ਲੋਕ ਆਪਣੇ ਵਿਚਾਰ ਨਮੋ ਐਪ ਜਾਂ ਮਾਈ ਜੀਓਵੀ ఓپن ফোরাম ਤੇ ਸਾਂਝੇ ਕਰ ਸਕਦੇ ਨੇ ਇਸ ਤੋਂ ਇਲਾਵਾ ਟੋਲ ਫਰੀ ਨੰਬਰ 18001117800 ਤੇ ਫੋਨ ਕਰਕੇ ਪ੍ਰਧਾਨ ਮੰਤਰੀ ਵਾਸਤੇ ਆਪਣਾ ਸੁਨੇਹਾ ਹਿੰਦੀ ਜਾਂ ਅੰਗਰੇਜ਼ੀ 'ਚ ਰਿਕਾਰਡ ਕਰਵਾਇਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਜਾਵਾ ਨਾਗਰਿਕ 1922 ਤੇ ਮਿਸਟ ਕਾਲ ਦੇ ਕੇ ਐਸਐਮਐਸ ਰਾਹੀਂ ਪ੍ਰਾਪਤ ਹੋਏ ਲਿੰਕ ਨੂੰ ਫੋਲੋ ਕਰਕੇ ਸਿੱਧੇ ਹੀ ਆਪਣੇ ਸੁਝਾਅ ਦੇ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਦਰپیش ਵੱਖ-ਵੱਖ ਮੁੱਦਿਆਂ ਤੇ ਲੋਕਾਂ ਦੇ ਵਿਚਾਰ ਜਾਨਣ ਅਤੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੋਂ ਇਲਾਵਾ ਦੇਸ਼ ਦੀ ਤਰੱਕੀ 'ਚ ਲੋਕਾਂ ਦੀ ਸ਼ਮੂਲੀਅਤ ਨੂੰ ਚਾਹਤ ਕਰਨ ਲਈ ਮਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਆਪਣੇ ਮਨ ਕੀ ਗੱਲ ਦੀ ਗੱਲ ਕਰਨ ਦੇ ਨਾਲ-ਨਾਲ ਲੋਕਾਂ ਦੇ ਮਨ ਦੀ ਗੱਲ ਵੀ ਸੁਣਦੇ ਨੇ ਅਤੇ ਕਈ ਮੁੱਦਿਆਂ ਤੇ ਸਾਰਤਕ ਤੇ ਮਹੱਤਵਪੂਰਨ ਚਰਚਾ ਕੀਤੀ ਜਾਂਦੀ ਹੈ ਜਿਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਮਨ ਕੀ ਬਾਤ ਪ੍ਰੋਗਰਾਮ ਹੋਰ ਵੀ ਜ਼ਿਆਦਾ ਹਰ ਮਨ ਪਿਆਰਾ ਹੋਇਆ ਹੈ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਭਾਰਤ ਅਫਗਾਨਿਸਤਾਨ ਦੀ ਸਰਕਾਰ ਅਤੇ ਲੋਕਾਂ ਵੱਲੋਂ ਸ਼ਾਂਤੀ, ਲੋਕਤੰਤਰ ਅਤੇ ਖੁਸ਼ਹਾਲ ਭਵਿੱਖ ਲਈ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮਰਥਨ ਕਰਦਾ ਹੈ। ਇਹ ਸਮਰਥਨ ਅਫਗਾਨ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਹੈ। ਮੀਡੀਆ ਬਰੀਫਿੰਗ ਦੌਰਾਨ ਮੰਤਰੀਲੇ ਦੇ ਬੁਲਾਰੇ ਅਰਦਿੰਬਾਗ ਜੀ ਨੇ ਕਿਹਾ ਕਿ ਦੋਨਾਂ ਮੁਲਕਾਂ ਵੱਲੋਂ ਅਕਤੂਬਰ 2011 ਵਿੱਚ ਰਣਨੀਤਿਕ ਪਾਈਵਲੀ ਸਮਝੌਤਾ ਭਾਰਤ-ਅਫਗਾਨਿਸਤਾਨ ਦੇ ਦਵੱਲੇ ਸਬੰਧਾਂ ਲਈ ਸੇਧ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਜਿਨੇਵਾ-ਅਫਗਾਨਿਸਤਾਨ ਸੰਮੇਲਨ 2022 ਦੌਰਾਨ ਅਫ ਵਚਨ ਬੱਤਤਾ ਤੇ ਜ਼ੋਰ ਦਿੰਦਾ ਸੀ ਵਿਸ਼ਵ ਪ੍ਰਸਿੱਧ 올림픽 ਖੇਡਾਂ ਦਾ ਮਹਾਕੁੰਭ ਅੱਜ ਬਾਂਦੀ ਰਾਜਧਾਨੀ ਟੋਕੀਓ 'ਚ ਬਣੇ ਨਵੇਂ ਰਾਸ਼ਟਰੀ ਸਟੇਡੀਅਮ 'ਚ ਉਦਘਾਟਨੀ ਸਮਾਗਮ ਨਾਲ ਸ਼ੁਰੂ ਹੁੰਦਿਆਂ ਹੀ ਵਿਸ਼ਵ ਪਰ ਦੇ ਖੇਡ ਪ੍ਰੇਮੀਆਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ ਇਹ ਖੇਡਾਂ ਕੋਵਿਡ ਮਹਾਮਾਰੀ ਕਾਰਨ ਇੱਕ ਸਾਲ ਦੇਰ ਨਾਲ ਅੱਜ ਸ਼ੁਰੂ ਹੋ ਰਹੀਆਂ ਨੇ ਵਿਸ਼ਵ ਦੇ 206 ਮੁਲਕਾਂ ਤੋਂ ਕਰੀਬ 11000 ਤੋਂ ਵੱਧ ਖਿਡਾਰੀ 33 ਖੇਡਾਂ ਦੇ 339 ਮੁਕਾਬਲਿਆਂ 'ਚ ਤਮਗੇ ਜਿੱਤਣ ਲਈ ਆਪਣੀ ਪੂਰੀ ਵਾਹ ਲਾਉਣ ਕੇ ਵਿਸ਼ਵ ਪ੍ਰਸਿੱਧ 올림픽 ਖੇਡਾਂ ਦਾ ਉਦਘਾਟਨੀ ਸਮਾਗਮ ਭਾਰਤੀ ਸਮੇਂ ਅਨੁਸਾਰ ਅੱਜ ਸ਼ਾਮ 4:30 ਵਜੇ ਹੋਵੇਗਾ ਟੋਕੀਓ 올림픽 ਖੇਡਾਂ 8 ਅਗਸਤ ਤੱਕ ਚੱਲਣਗੀਆਂ ਉਦਘਾਟਨ ਤਨੀ ਸਮਾਗਮ ਚ 올ੰਪੀ ਖੇਡਾਂ ਦੀ ਪਹਿਲਾਂ ਵਾਲੀ ਚੱਕਾ ਚਾਂਦ ਤੇ ਸ਼ਾਨਦਾਰ ਨਜ਼ਰ ਨਹੀਂ ਆਵੇਗੀ ਅਧਿਕਾਰੀਆਂ ਤੇ ਰਿਪੋਰਟਰਾਂ ਸਮੇਤ ਕੇਵਲ 950 ਵਿਕਤੀਆਂ ਨੂੰ ਹੀ ਸਮਾਗਮ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਸਮਾਗਮੀ ਹੋਣ ਵਾਲਾ ਮਾਰਚ ਪਾਸਟ ਜਪਾਨ ਦੇ ਅਲਫਾਬੈਟਿਕਲੀ ਆਰਡਰ ਅਨੁਸਾਰ ਹੋਵੇਗਾ ਪਰ ਉੱਚ ਅਧਿਕਾਰੀਆਂ ਤੇ ਬਾਈ ਖਿਡਾਰੀਆਂ ਸਮੇਤ ਕੇਵਲ 28 ਮੈਂਬਰੀਦ ਗਾਡਨੀ ਸਮਾਗਮ 'ਚ ਹਿੱਸਾ ਲੈਣਗੇ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਤੇ ਬੌਕਸਰ ਐਮਸੀ ਮੈਰੀਕਮ ਝੰਡਾ ਬਰਦਾਰ ਹੋਣਗੇ ਦੂਰਦਰਸ਼ਨ ਨੂੰ 올 ਇੰਡੀਆ ਰੇਡੀਓ ਤੇ ਡੀਡੀ ਸਪੋਰਟਸ ਉਲ ਵੱਲੋਂ 올ੰਪੀ ਦੀ ਵਿਆਪਕ ਕਵਰੇਜ ਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ ਤੇ ਇਸ ਦਿਨ ਵਾਲੀ ਖਬਰਾਂ ਦੇ ਬੁਲੇਟਿਨ ਖਤਮ ਹੁੰਦੇ ਹਨ ਨਮਸਕਾਰ